दीदी आ जाओ बाहर आ जाओ भेने आ जाओ बाहर आ जाओ आ जाओ आ जाओ। ਇਹਨੇ ਪਹਿਲਾਂ ਵੀ ਤੰਗ ਨਹੀਂ ਕੀਤਾ ਜੀ, ਗੱਲ ਜਰੇ ਮੰਨ ਲੈਂਦੀ ਆ। ਤੇਰਾ ਨਾਮ ਕੀ ਹੈ ਭੈਣੇ? ਹੈਂ ਮੋਂਗਾ ਮੁਨੀ, ਗੰਗਾ ਮੁਨੀ, ਗੰਗਾ ਮੁਨੀ। ਤੁਹਾਡੇ ਫਾਦਰ ਕਾ ਨਾਮ ਕਿਆ ਹੈ? ਪਿਤਾ ਜੀ ਕਾ? ਮੋਂਗਾ ਮੁਨੀ। ਬਾਪ ਕਾ ਨਾਮ? ਪਿਤਾ ਜੀ ਕਾ ਨਾਮ? ਅਰੇ ਕੁਛ ਨਹੀਂ ਕੁਛ ਨਹੀਂ। ਛੜਾ ਤੁਹਾਡੇ ਪਿਤਾ ਜੀ ਕਾ ਨਾਮ ਕਿਆ ਹੈ? ਚਲੋ ਬਾਤ ਯੂਰ ਫਾਦਰ ਨੇਮ, ਬਾਤ ਯੂਰ ਫਾਦਰ ਨੇਮ। ਪਿਤਾ ਕਾ ਨਾਮ? ਪਿਤਾ ਕਾ ਨਾਮ ਕਿਆ ਹੈ? ਇਹਦੇ ਹੱਥਾਂ ਦੇ ਦੇਖੋ ਕੋਈ ਲਿਖਿਆ, ਬਾਹਾਂ ਬੂਹਾਂ ਦੇ ਕੁਛ ਚੈੱਕ ਕਰ। ਅੱਛੇ ਹਾਂ, ਇਹ ਉਹ ਮਰਾਠੀ ਬੋਲਦੀ ਆ, ਹੈ ਨਾ? ਮਰਾਠੀ ਹੈ, ਮਰਾਠਵਾੜਾ। ਇਹ ਦੀਦੀ ਮਰਾਠੀ, ਮਰਾਠੀ ਮਰਾਠੀ ਬੋਲਤੀ ਲੈਂਗੁਏਜ। ਓਏ ਤੋ ਵਾਟ ਯੂ ਨਾਮ ਨਹੀਂ ਕਹਣਾ, ਉਹ ਕਹਣਾ ਢੁੱਕੇ ਜਾਬੋ। ਵਾਟ ਯੂਰ ਲੈਂਗੁਏਜ, ਵਾਟ ਯੂਰ ਲੈਂਗੁਏਜ। ਚਲੋ ਇਹ ਬੰਗਲਾ ਲੱਗ ਰਹੀ, ਬੰਗਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਤੁਸੀਂ ਦੇਖਿਆ ਗੱਡੀ ਦੇ ਵਿੱਚੋਂ ਤਾਰਿਆ ਇਸ ਲੜਕੀ ਨੂੰ, ਇਹ ਲੜਕੀ ਆਪਣਾ ਨਾਂ ਗੰਗਾ ਮੁਨੀ ਦੱਸਦੀ ਆ, ਯੰਗ ਏਜ ਆ, ਬਿਲਕੁਲ ਨੌਜਵਾਨ ਲੜਕੀ ਆ, ਬਿਨਾਂ ਕੱਪੜਿਆਂ ਤੋਂ ਦਰਾਹੇ ਅੱਜ ਸਵੇਰੇ ਘੁੰਮ ਰਹੀ ਸੀ। ਦਰਾਹੇ ਸ਼ਹਿਰ ਤੋਂ ਈਸ਼ੂ ਸਾਡਾ ਛੋਟਾ ਭਰਾ ਬਾਵਾ ਵੀਰ ਗਿੰਨੀ ਵੀਰਾ ਅਤੇ ਗੁਰਸਿਮਰਨ, ਇਹ ਇੱਥੇ ਸਾਡੇ ਪਰਿਵਾਰ ਦੇ ਮੈਂਬਰ ਸਾਡੀ ਇਸ ਛੋਟੀ ਭੈਣ ਨੂੰ ਪਰਿਵਾਰ 'ਚ ਲੈ ਕੇ ਆਏ ਨੇ। ਸਾਨੂੰ ਦਰਾਹੇ ਤੋਂ ਹੁਣੇ ਟੈਕਸੀ ਸਟੈਂਡ ਵਾਲੇ ਵੀਰ ਨੇ, ਇੱਥੇ ਪਾਲੀ ਵੀਰ ਆ, ਇਹ ਦਰਾਹੇ ਦਾ ਮੇਨ ਚੌਂਕ, ਇੱਥੋਂ ਬਾਜ਼ਾਰ ਸ਼ੁਰੂ ਹੁੰਦਾ ਹੈ ਨਾ, ਅਤੇ ਇੱਥੇ ਇੱਕ ਸਾਨੂੰ ਕਿਸੇ ਕਾਲ ਆਈ ਸੀ ਇਹਨਾਂ ਨੂੰ, ਦੇਖੋ ਇਹ ਸਰਕਾਰੀ ਜਗ੍ਹਾ ਕੋਈ, ਅਤੇ ਇੱਥੇ ਇੱਕ ਕੋਈ ਲਵਾਰਸ। ਕਿਆ ਹਾਲ ਆ ਬੈਣਾ ਤੇਰਾ? ਦਰਾਹੇ ਸ਼ਹਿਰ ਤੋਂ ਲੁਧਿਆਣੇ ਸ਼ਹਿਰ ਦਾ ਹੀ ਇੱਕ ਛੋਟਾ ਜਿਹਾ ਕਸਬਾ ਵਾ ਦੁਰਾਹਾ, ਜਿੱਥੋਂ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੇਵਾ ਲਾਈ, ਉੱਥੋਂ ਹੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਸੀ ਢਾਬੇ ਤੋਂ। ਉੱਥੋਂ ਇਸ ਭੈਣ ਨੂੰ ਲੈ ਕੇ ਆਏ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ, ਗਿੰਨੀ ਵੀਰਾ ਖੜਾ, ਈਸ਼ੂ ਵੀਰ ਸਾਡਾ ਛੋਟਾ ਭਰਾ, ਫਿਰ ਆਪਣਾ ਗੁਰਸਿਮਰਨ ਵੀਰਾ, ਬਾਵਾ ਬਾਈ ਅਤੇ ਭੈਣ ਪਰਮਿੰਦਰ ਕੌਰ ਸਾਡੀ। ਇਹਨਾਂ ਵੀਰਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਇਸ ਭੈਣ ਨੂੰ ਸਾਡੇ ਕੋਲ ਇੱਥੇ ਸੁਪਨਿਆਂ ਦੇ ਘਰ ਪਹੁੰਚਦਾ ਕੀਤਾ। ਉੱਥੋਂ ਲੋਕਲ ਪੁਲਿਸ ਦਾ ਨਾਲ ਸੰਪਰਕ ਕਰਕੇ ਨਾਲ ਲੇਡੀ ਕਾਂਸਟੇਬਲ ਪਰਮਿੰਦਰ ਭੈਣ ਆਏ ਨੇ। ਹੁਣ ਇਹ ਭੈਣ ਨੂੰ ਇਹਦੇ ਘਰ ਲੱਭਣ ਦੇ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਇਹਦੇ ਘਰ ਭੇਜਣ ਵਾਸਤੇ ਆਪਾਂ ਸਾਰੇ ਕੋਸ਼ਿਸ਼ ਕਰੀਏ, ਉਪਰਾਲਾ ਕਰੀਏ, ਇਹਦੀ ਵੀਡੀਓ ਨੂੰ ਸ਼ੇਅਰ ਕਰੋ ਜ਼ਿਆਦਾ ਤੋਂ ਜ਼ਿਆਦਾ। ਮੈਂਟਲੀ ਬਿਲਕੁਲ ਹੀ ਠੀਕ ਨਹੀਂ ਹੈਗੀ, ਇਕੱਲੀ ਹੋਈ ਬੋਲੀ ਜਾਂਦੀ ਆ। ਵੀਰੋਂ ਨੇ ਦੱਸਦੇ ਆ ਵੀ ਸਵੇਰੇ ਉੱਥੇ ਠੰਡ ਦੇ ਵਿੱਚ, ਧੁੰਦ ਦੇ ਵਿੱਚ ਇਹਨੇ ਕੱਪੜੇ ਉਤਾਰਤੇ, ਇੰਨੀ ਵੀ ਸੋਝੀ ਨਹੀਂ ਇਹਨੂੰ, ਅਤੇ ਟੋਇਲਟ ਬਾਥਰੂਮ ਦਾ ਵੀ ਨਹੀਂ ਪਤਾ ਲੱਗ ਰਿਹਾ। ਉੱਥੋਂ ਵੀਰ ਨੇ ਕਿਸੇ ਨੇ ਕੱਪੜੇ ਦਿੱਤੇ ਦੁਕਾਨ ਵਾਲੇ ਨੇ, ਤਾਂ ਜਾ ਕੇ ਕੱਪੜੇ ਪਾ ਕੇ ਫਿਰ ਉੱਥੋਂ ਪੁਲਿਸ ਨਾਲ ਗੱਲ ਕਰਕੇ ਡੀ ਡੀ ਆਰ ਕਟਾ ਕੇ ਇੱਥੇ ਲੈ ਕੇ ਆਏ ਨੇ ਵੀਰ ਹੁਣੀ ਐਂਬੂਲੈਂਸ ਦੇ ਵਿੱਚ, ਕਿਉਂਕਿ ਇਸ਼ਪ੍ਰੀਤ ਹੁਣੀ ਵੀ ਆਪਣੇ ਲੈਵਲ 'ਤੇ ਅਨਮੋਲ ਐਨ ਜੀ ਓ ਦੇ ਨਾਲ ਸੇਵਾ ਕਰਦੇ ਨੇ ਵੀਰ। ਵਾਹਿਗੁਰੂ ਦੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਇਹਨਾਂ ਸਾਡੇ ਛੋਟੇ ਭਰਾਵਾਂ 'ਤੇ। ਆਪਣਾ
ਫਰਜ਼ ਸਮਝਦੇ ਹੋਏ ਇਸ ਬੱਚੀ ਨੂੰ ਇੱਥੇ ਤੀਕਰ ਲੈ ਕੇ ਆਏ। ਅੱਗੋਂ ਤੁਸੀਂ ਅਰਦਾਸ ਵੀ ਕਰਿਓ ਇਸ ਬੱਚੀ ਦਾ ਘਰ ਪਰਿਵਾਰ ਲੱਭ ਜਾਵੇ, ਸ਼ੇਅਰ ਵੀ ਕਰਿਓ ਤਾਂ ਜੋ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਸ ਭੈਣ ਦੇ ਕਿਸੇ ਆਪਣੇ ਤੱਕ ਪਹੁੰਚ ਜਾਵੇ ਅਤੇ ਉਹ ਆਪਣੇ ਘਰ ਜਾ ਸਕੇ। ਪਤਾ ਨਹੀਂ ਕਿੰਨੇ ਦਿਨਾਂ ਦੀ ਘਰੋਂ ਨਿਕਲੀ ਹੋਊ ਵਿਚਾਰੀ, ਕਿੱਥੇ ਕਿੱਥੇ ਇਹਨੇ ਰਾਤਾਂ ਗੁਜ਼ਾਰੀਆਂ ਹੋਣੀਆਂ, ਕਿੱਥੇ ਇਹਨੇ ਕਿੰਨੀ ਤਕਲੀਫ਼ ਕਿੰਨੀ ਦੁਰਦਸ਼ਾ ਝੱਲੀ ਹੋਣੀ ਆ, ਅਤੇ ਉਹਨਾਂ ਸਾਰੀਆਂ ਦੁੱਖ ਤਕਲੀਫ਼ਾਂ ਨੂੰ ਭੁੱਲ ਕੇ ਆਪਣੇ ਪਰਿਵਾਰ ਦੇ ਵਿੱਚ ਜਾ ਸਕੇ। ਜ਼ਰੂਰ ਸਾਰੇ ਅਰਦਾਸ ਬੇਨਤੀ ਵੀ ਕਰਿਓ ਅਤੇ ਵੀਡੀਓ ਸ਼ੇਅਰ ਵੀ ਕਰਿਓ ਜੀ ਸਾਰੇ ਜਾਣੇ ਸ਼ੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।